ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਇਸ ਵਕਤ ਦਾ ਤੁਹਾਡਾ ਸਭ ਦਾ ਸੋ ਅੱਜ ਰਾਤ ਦੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ 4 ਜੁਲਾਈ ਨੂੰ ਰਾਤਲੇ ਸਮੇਂ ਕੀ ਮੌਸਮ ਹਲਚਲ ਹੋਣ ਦੇ आसार ਬਣ ਰਹੇ ਨੇ ਸੋ ਜਿਵੇਂ ਕਿ ਆ ਦੇਖਿਆ ਕਿ ਦਿਨ ਦੇ ਸਮੇਂ ਟਟਵੇਂ ਰੂਪ ਵਿੱਚ ਪੰਜਾਬ ਦੇ ਦੋ ਤਿੰਨ ਇੱਕ ਜ਼ਿਲ੍ਹਿਆਂ ਦੇ ਵਿੱਚ ਪੈਚੀ ਰੂਪ ਵਿੱਚ ਬਰਸਾਤ ਦੇਖਣ ਨੂੰ ਮਿਲੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਦੇਖਿਆ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਇਕ ਕੁਝ ਲਾਕਿਆਂ ਵਿੱਚ ਮੀਂਹ ਪਿਆ ਤੇ ਕੁਝ ਇਲਾਕੇ ਖੁਸ਼ਕ ਰਹੇ ਨੇ ਲੁਧਿਆਣਾ ਸ਼ਹਿਰ ਦੀ ਗੱਲ ਕਰ ਰਹੇ ਆ ਆਪਾਂ ਜ਼ਿਲ੍ਹੇ ਦੀ ਨਹੀਂ ਜਿਸ ਦੇ ਵਿੱਚ ਕੁਝ ਲਾਕਿਆਂ ਦੇ ਵਿੱਚ 1 ਘੰਟੇ ਤੱਕ ਲਗਭਗ ਚੰਗੀ ਬਰਸਾਤ ਹੋਈ ਆ ਤੇ ਉੱਥੇ ਉਸੇ ਸ਼ਹਿਰ ਦੇ ਕੁਝ ਇਲਾਕੇ ਖੁਸ਼ਕ ਰਹੇ ਨੇ ਸੋ ਇਸੇ ਤਰ੍ਹਾਂ ਆਪਾਂ ਦੱਸਿਆ ਸੀ ਕਿਹੜੀ ਬਰਸਾਤ ਹੁਣ ਹੋਵੇਗੀ ਉਹ ਪੈਚੀ ਰੂਪ ਵਿੱਚ ਹੋਵੇਗੀ ਮਤਲਬ ਕੁਝ ਭਾਗਾਂ ਵਿੱਚ ਮੀਂਹ ਪੈ ਗਿਆ ਨਾਲ ਦੇ ਹੀ ਭਾਗ ਖੁਸ਼ਕ ਰਹਿ ਗਏ ਸੋ ਅਜਿਹੀਆਂ ਟੁੱਟ ਮੀ ਰੂਪ ਵਿੱਚ ਗਤੀਵਿਧੀਆਂ ਪੰਜਾਬ ਦੇ 2-3 ਜ਼ਿਲ੍ਹਿਆਂ ਦੇ ਕਈ ਭਾਗਾਂ ਵਿੱਚ ਅੱਜ ਦਿਨ ਦੇ ਸਮੇਂ ਦੇਖਣ ਨੂੰ ਮਿਲੀਆਂ ਨੇ ਤੇ ਹੁਣ ਰਾਤ ਦੀ ਗੱਲ ਕਰੀਏ ਤਾਂ ਤਾਜ਼ਾ ਜਿਵੇਂ ਸੈਟਲਾਈਟ ਤਸਵੀਰ ਦੇਖ ਰਿਹਾ ਤਾਂ ਹਲਕੀ ਟੁੱਟਮੀ ਬੱਦਲਬਾਈ ਪੰਜਾਬ ਦੇ ਕੁਝ 5-7 ਜ਼ਿਲ੍ਹਿਆਂ ਦੇ ਵਿੱਚ ਬਣੀ ਹੋਈ ਹੈ ਜਿਵੇਂ ਫਿਰੋਜ਼ਪੁਰ ਹੋ ਗਿਆ ਨਾਲ ਲੱਗਦੇ ਮੋਗੇ ਦੇ ਜ਼ਿਲ੍ਹੇ ਦੇ ਭਾਗ ਹੋ ਗਏ ਇਸ ਤੋਂ ਇਲਾਵਾ ਮੁਕਸਰ ਸਾਹਿਬ ਦੇ ਇਲਾਕੇ ਕੁਝ ਭਾਗ ਹੋ ਗਏ ਮਾਨਸੇ ਦੇ ਤੇ ਉਧਰ ਆਪਣੇ ਪੂਰਬੀ ਇਲਾਕਿਆਂ ਦੇ ਵਿੱਚ ਚੰਡੀਗੜ੍ਹ ਸਾਈਡ ਹੋ ਗਿਆ ਪਟਿਆਲਾ ਹੋ ਗਿਆ ਤੇ ਕੁਝ ਭਾਗ ਫਤਿਹਗੜ੍ਹ ਸਾਹਿਬ ਦੇ ਸੋ ਇਹਨਾਂ ਭਾਗਾਂ ਦੇ ਵਿੱਚ ਬੱਦਲਬਾਈ ਦਾ ਦੌਰ ਦੇਖਣ ਨੂੰ ਹਲਕਾ ਦਰਮਿਆਨਾ ਮਿਲ ਰਿਹਾ ਤੇ ਇਹਨਾਂ ਭਾਗਾਂ ਦੇ ਵਿੱਚ ਹੋ ਸਕਦਾ ਹੈ ਕਿ ਰਾਤ ਦੇ ਸ਼ਾਮ ਦੇ ਪਹਿਲੇ ਘੰਟਿਆਂ ਦੇ ਵਿੱਚ ਥੋੜੀ ਬਹੁਤ ਤੇ ਉੱਥੇ ਹੀ ਲਗਭਗ ਅੱਧੀ ਰਾਤ 11-12 ਵਜੇ ਦੇ ਆਸ-ਪਾਸ ਤੋਂ ਪੂਰਬੀ ਪਾਸੇੋਂ ਪੰਜਾਬ ਦੇ ਵਿੱਚ ਕੁਝ ਬੱਦਲਵਾਈ ਬਣਦੇ ਆਸਾਰ ਬਣ ਰਹੇ ਨੇ ਸੋ ਜਿਹਦੇ ਚੱਲਦੇ ਇਹ ਆਸਾਰ ਬਣ ਰਹੇ ਨੇ ਕਿ ਪੰਜਾਬ ਦੇ ਕੁਝ ਦੱਖਣ ਪੂਰਬ ਤੋਂ ਲੈ ਕੇ ਉੱਤਰ ਪੂਰਬ ਦੇ ਭਾਗਾਂ ਦੇ ਵਿੱਚ ਟੋਟਮੇ ਰੂਪ ਵਿੱਚ ਬੱਦਲ ਬਾਈ ਨਾਲ ਹਲਕੇ ਦਰਮਿਆਨੇ ਛਿੱਟੇ ਅੱਧੀ ਰਾਤ ਤੋਂ ਬਾਅਦ ਤੜਕੇ ਸਵੇਰ ਸਮੇਂ ਤੱਕ ਦੇਖਣ ਨੂੰ ਮਿਲ ਸਕਦੇ ਨੇ ਜਿਵੇਂ ਇਲਾਕਿਆਂ ਦੀ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਇਸ ਦੇ ਨਾਲ ਹੀ ਨਮਾਸ਼ਹਿਰ ਐਸਪੀਐਸ ਨਗਰ ਨੰਗਲ ਅਨੰਦਪੁਰ ਸਾਹਿਬ ਦੇ ਭਾਗ ਹੋਗੇ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲੇ ਦੇ ਕੁਝ ਭਾਗ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਭਾਗ ਹੋਗੇ ਸੋ ਇਹਨਾਂ ਇਲਾਕਿਆਂ ਦੇ ਵਿੱਚ ਮੌਸਮੀ ਗਤੀਵਿਧੀਆਂ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਸਵੇਰ ਤੱਕ ਟੋਟਮੇ ਰੂਪ ਵਿੱਚ ਦੇਖਣ ਨੂੰ ਮਿਲ ਸਕਦੀ ਨੇ ਹਾਲਾਂਕਿ ਕੋਈ ਬਹੁਤ ਜ਼ਿਆਦਾ ਵੱਡੀ ਮੌਸਮ ਦੀ ਰਾਟੇਮੀਂ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉਸ ਤੋਂ ਬਿਨਾਂ ਜਿਹੜੇ ਕੁਝ ਪੱਛਮੀ ਭਾਗ ਨੇ ਉਹਨਾਂ ਦੇ ਵਿੱਚ ਵੀ ਟੁੱਟਵੀਂ ਬਦਲਬਾਈ ਹੋ ਸਕਦੀ ਹੈ ਇੱਕ ਅਦੇ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਕਿੰਡਮਣ ਦੇ ਅਸਰ ਬਣਦੇ ਨੇ ਪਰ ਕੋਈ ਜ਼ਿਆਦਾ ਮੌਸਮ ਦੀ ਹਲਚਲ ਪੱਛਮੀ ਭਾਗਾਂ ਵਿੱਚ ਨਹੀਂ ਹੈ ਇਹਨਾਂ ਭਾਗਾਂ ਦੇ ਵਿੱਚ ਫਿਲਹਾਲ ਮੌਸਮ ਠੀਕ ਹੀ ਬਣਿਆ ਰਹੇਗਾ